ਜਿਹੜਾ ਇੰਟਰਨੈਸ਼ਨਲ ਸੈਂਟਰ ਆਫ ਸਿੱਖ ਸਟੱਡੀਜ਼ ਬਣਾਇਆ ਜਾ ਰਿਹਾ ਫਿਰ ਉਹਦੇ ਵਿੱਚ ਜਿਹੜੀ ਆ ਆਡੀਟੋਰੀਅਮ ਬਣਾਇਆ ਗਿਆ ਖਾਸ ਤੌਰ 'ਤੇ ਜਿਹਦੇ ਵਿੱਚ ਬਹੁਤ ਵਧੀਆ ਆਡੀਓ ਵਿਜ਼ੂਅਲ ਮੂਵੀਜ਼ ਚੱਲਦੀਆਂ ਨੇ ਪ੍ਰੋਗਰਾਮ ਚੱਲਣੇ ਨੇ ਔਰ ਗੁਰੂ ਮਹਾਰਾਜ ਦੇ ਇਤਿਹਾਸ ਦੇ ਬਾਰੇ ਉਹਦੀ ਸਾਰੀਆਂ ਟ੍ਰਾਇਲ ਚੱਲ ਰਹੀਆਂ ਨੇ ਔਰ ਇਹ 15-20 ਦਿਨਾਂ ਦੇ ਵਿੱਚ ਸੰਗਤਾਂ ਲਈ ਖੋਲ੍ਹਿਆ ਜਾ ਰਿਹਾ ਮੈਂ ਸਮਝਦਾ ਕਿ ਜੋ ਇੱਥੇ ਸਟੱਡੀਜ਼ ਲੋਕ ਆ ਕੇ ਆਪਣੇ ਸਿੱਖ ਹੈਰੀਟੇਜ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਬਾਰੇ ਔਰ ਗੁਰਬਾਣੀ ਦੇ ਬਾਰੇ ਇੱਥੋਂ ਜੋ ਨੌਲੇਜ ਲੈ ਸਕਣਗੇ ਉਹ ਦੁਨੀਆ ਦੇ ਵਿੱਚ ਇੱਕੋ ਜਿਹੀ ਕੋਈ ਮਿਸਾਲ ਨਹੀਂ ਜਿਸ ਤਰੀਕੇ ਨਾਲ ਇਹਨੂੰ ਅਸੀਂ ਤਿਆਰ ਕਰ ਰਹੇ ਹਾਂ ਔਰ ਜੋ ਇਹਦੇ ਵਿੱਚ ਕੰਮ ਰਹਿ ਗਏ ਨੇ ਟ੍ਰਾਇਲਸ ਨੂੰ ਦੇਖਦੇ ਹੋ ਉਹ ਹਫ਼ਤੇ 10 ਦਿਨ ਦੀ ਗੱਲ ਹੈ ਉਸ ਤੋਂ ਬਾਅਦ ਇਹਨੂੰ ਉੱਥੇ ਖੋਲ੍ਹ ਕੇ ਸੰਗਤਾਂ ਲਈ ਸਮਰਪਿਤ ਕਰਤਾ ਜਾਏਗਾ ਜੋ ਅਗਰ ਟੀਚਰ ਸਟੂਡੈਂਟ ਦੀ ਗੱਲ ਕਰੀਏ ਕਿੰਨੇ ਇੱਕ ਸਾਥ ਬੈਠ ਸਕਦੇ ਹੈ ਕਿੰਨੀ ਕਿਆ ਕਿੰਨੀ ਕਪੈਸਿਟੀ ਤਕਰੀਬਨ 165-170 ਬੰਦੋ ਕਾ ਜੋ ਆਡੀਟੋਰੀਅਮ ਬਣਾ ਉਹ ਇੱਕ ਟਾਈਮ ਮੇਂ ਇੱਥੇ ਜਾ ਕੇ ਇੱਕ ਵਾਰੀ 'ਚੋਂ ਦੇਖ ਸਕਦੇ ਨੇ ਮਗਰ ਜਿਹੜਾ ਉੱਥੇ ਲਾਇਬ੍ਰੇਰੀਜ਼ ਬਣੀਆਂ ਨੇ ਅਲੱਗ ਕੰਪਿਊਟਰ ਸੈਂਟਰ ਬਣੇ ਨੇ ਮਤਲਬ ਔਨ ਐਨ ਐਵਰੇਜ 300 ਤੋਂ ਜ਼ਿਆਦਾ ਬੰਦਾ ਐਟ ਏ ਟਾਈਮ ਇੱਥੇ ਆਪਣੀ ਪੜ੍ਹਾਈ ਕਰ ਸਕਦਾ ਜਿਹੜਾ ਇੰਟਰਨੈਸ਼ਨਲ ਸੈਂਟਰ ਆਫ ਸਿੱਖ ਸਟੱਡੀਜ਼ ਬਣਾਇਆ ਜਾ ਰਿਹਾ ਫਿਰ ਉਹਦੇ ਵਿੱਚ ਜਿਹੜੀ ਆ ਆਡੀਟੋਰੀਅਮ ਬਣਾਇਆ ਗਿਆ ਖਾਸ ਤੌਰ 'ਤੇ ਜਿਹਦੇ ਵਿੱਚ ਬਹੁਤ ਵਧੀਆ ਆਡੀਓ ਵਿਜ਼ੂਅਲ ਮੂਵੀਜ਼ ਚੱਲਦੀਆਂ ਨੇ ਪ੍ਰੋਗਰਾਮ ਚੱਲਣੇ ਨੇ ਔਰ ਗੁਰੂ ਮਹਾਰਾਜ ਦੇ ਇਤਿਹਾਸ ਦੇ ਬਾਰੇ ਉਹਦੀ ਸਾਰੀਆਂ ਟ੍ਰਾਇਲ ਚੱਲ ਰਹੀਆਂ ਨੇ ਔਰ ਇਹ 15-20 ਦਿਨਾਂ ਦੇ ਵਿੱਚ ਸੰਗਤਾਂ ਲਈ ਖੋਲ੍ਹਿਆ ਜਾ ਰਿਹਾ ਮੈਂ ਸਮਝਦਾ ਕਿ ਜੋ ਇੱਥੇ ਸਟੱਡੀਜ਼ ਲੋਕ ਆ ਕੇ ਆਪਣੇ ਸਿੱਖ ਹੈਰੀਟੇਜ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਬਾਰੇ ਔਰ ਗੁਰਬਾਣੀ ਦੇ ਬਾਰੇ ਇੱਥੋਂ ਜੋ ਨੌਲੇਜ ਲੈ ਸਕਣਗੇ ਉਹ ਦੁਨੀਆ ਦੇ ਵਿੱਚ ਇੱਕੋ ਜਿਹੀ ਕੋਈ ਮਿਸਾਲ ਨਹੀਂ ਜਿਸ ਤਰੀਕੇ ਨਾਲ ਇਹਨੂੰ ਅਸੀਂ ਤਿਆਰ ਕਰ ਰਹੇ ਹਾਂ ਔਰ ਜੋ ਇਹਦੇ ਵਿੱਚ ਕੰਮ ਰਹਿ ਗਏ ਨੇ ਟ੍ਰਾਇਲਸ ਨੂੰ ਦੇਖਦੇ ਹੋ ਉਹ ਹਫ਼ਤੇ 10 ਦਿਨ ਦੀ ਗੱਲ ਹੈ ਉਸ ਤੋਂ ਬਾਅਦ ਇਹਨੂੰ ਉੱਥੇ ਖੋਲ੍ਹ ਕੇ ਸੰਗਤਾਂ ਲਈ ਸਮਰਪਿਤ ਕਰਤਾ ਜਾਏਗਾ ਜੋ ਅਗਰ ਟੀਚਰ ਸਟੂਡੈਂਟ ਦੀ ਗੱਲ ਕਰੀਏ ਕਿੰਨੇ ਇੱਕ ਸਾਥ ਬੈਠ ਸਕਦੇ ਹੈ ਕਿੰਨੀ ਕਿਆ ਕਿੰਨੀ ਕਪੈਸਿਟੀ ਤਕਰੀਬਨ 165-170 ਬੰਦੋ ਕਾ ਜੋ ਆਡੀਟੋਰੀਅਮ ਬਣਾ ਉਹ ਇੱਕ ਟਾਈਮ ਮੇਂ ਇੱਥੇ ਜਾ ਕੇ ਇੱਕ ਵਾਰੀ 'ਚੋਂ ਦੇਖ ਸਕਦੇ ਨੇ ਮਗਰ ਜਿਹੜਾ ਉੱਥੇ ਲਾਇਬ੍ਰੇਰੀਜ਼ ਬਣੀਆਂ ਨੇ ਅਲੱਗ ਕੰਪਿਊਟਰ ਸੈਂਟਰ ਬਣੇ ਨੇ ਮਤਲਬ ਔਨ ਐਨ ਐਵਰੇਜ 300 ਤੋਂ ਜ਼ਿਆਦਾ ਬੰਦਾ ਐਟ ਏ ਟਾਈਮ ਇੱਥੇ ਆਪਣੀ ਪੜ੍ਹਾਈ ਕਰ ਸਕਦਾ ਜਿਹੜਾ ਇੰਟਰਨੈਸ਼ਨਲ ਸੈਂਟਰ ਆਫ ਸਿੱਖ ਸਟੱਡੀਜ਼ ਬਣਾਇਆ ਜਾ ਰਿਹਾ ਫਿਰ ਉਹਦੇ ਵਿੱਚ ਜਿਹੜੀ ਆ ਆਡੀਟੋਰੀਅਮ ਬਣਾਇਆ ਗਿਆ ਖਾਸ ਤੌਰ 'ਤੇ ਜਿਹਦੇ ਵਿੱਚ ਬਹੁਤ ਵਧੀਆ ਆਡੀਓ ਵਿਜ਼ੂਅਲ ਮੂਵੀਜ਼ ਚੱਲਦੀਆਂ ਨੇ ਪ੍ਰੋਗਰਾਮ ਚੱਲਣੇ ਨੇ ਔਰ ਗੁਰੂ ਮਹਾਰਾਜ ਦੇ ਇਤਿਹਾਸ ਦੇ ਬਾਰੇ ਉਹਦੀ ਸਾਰੀਆਂ ਟ੍ਰਾਇਲ ਚੱਲ ਰਹੀਆਂ ਨੇ ਔਰ ਇਹ 15-20 ਦਿਨਾਂ ਦੇ ਵਿੱਚ ਸੰਗਤਾਂ ਲਈ ਖੋਲ੍ਹਿਆ ਜਾ ਰਿਹਾ ਮੈਂ ਸਮਝਦਾ ਕਿ ਜੋ ਇੱਥੇ ਸਟੱਡੀਜ਼ ਲੋਕ ਆ ਕੇ ਆਪਣੇ ਸਿੱਖ ਹੈਰੀਟੇਜ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਬਾਰੇ ਔਰ ਗੁਰਬਾਣੀ ਦੇ ਬਾਰੇ ਇੱਥੋਂ ਜੋ ਨੌਲੇਜ ਲੈ ਸਕਣਗੇ ਉਹ ਦੁਨੀਆ ਦੇ ਵਿੱਚ ਇੱਕੋ ਜਿਹੀ ਕੋਈ ਮਿਸਾਲ ਨਹੀਂ ਜਿਸ ਤਰੀਕੇ ਨਾਲ ਇਹਨੂੰ ਅਸੀਂ ਤਿਆਰ ਕਰ ਰਹੇ ਹਾਂ ਔਰ ਜੋ ਇਹਦੇ ਵਿੱਚ ਕੰਮ ਰਹਿ ਗਏ ਨੇ ਟ੍ਰਾਇਲਸ ਨੂੰ ਦੇਖਦੇ ਹੋ ਉਹ ਹਫ਼ਤੇ 10 ਦਿਨ ਦੀ ਗੱਲ ਹੈ ਉਸ ਤੋਂ ਬਾਅਦ ਇਹਨੂੰ ਉੱਥੇ ਖੋਲ੍ਹ ਕੇ ਸੰਗਤਾਂ ਲਈ ਸਮਰਪਿਤ ਕਰਤਾ ਜਾਏਗਾ ਜੋ ਅਗਰ ਟੀਚਰ ਸਟੂਡੈਂਟ ਦੀ ਗੱਲ ਕਰੀਏ ਕਿੰਨੇ ਇੱਕ ਸਾਥ ਬੈਠ ਸਕਦੇ ਹੈ ਕਿੰਨੀ ਕਿਆ ਕਿੰਨੀ ਕਪੈਸਿਟੀ ਤਕਰੀਬਨ 165-170 ਬੰਦੋ ਕਾ ਜੋ ਆਡੀਟੋਰੀਅਮ ਬਣਾ ਉਹ ਇੱਕ ਟਾਈਮ ਮੇਂ ਇੱਥੇ ਜਾ ਕੇ ਇੱਕ ਵਾਰੀ 'ਚੋਂ ਦੇਖ ਸਕਦੇ ਨੇ ਮਗਰ ਜਿਹੜਾ ਉੱਥੇ ਲਾਇਬ੍ਰੇਰੀਜ਼ ਬਣੀਆਂ ਨੇ ਅਲੱਗ ਕੰਪਿਊਟਰ ਸੈਂਟਰ ਬਣੇ ਨੇ ਮਤਲਬ ਔਨ ਐਨ ਐਵਰੇਜ 300 ਤੋਂ ਜ਼ਿਆਦਾ ਬੰਦਾ ਐਟ ਏ ਟਾਈਮ ਇੱਥੇ ਆਪਣੀ ਪੜ੍ਹਾਈ ਕਰ ਸਕਦਾ